ਕੈਨੇਡਾ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਦੋ ਪੰਜਾਬੀ ਨੌਜਵਾਨ ਕੁੜੀਆਂ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਦੱਸਿਆ ਜਾ ਰਿਹਾ ਹੈ। ਮ੍ਰਿਤਕ ਕੁੜੀ ਦੇ ਮਾਪਿਆਂ ਨੇ ਦੱਸਿਆ ਹੈ ਕਿ PR ਦੀ ਫਾਈਲ ਆਉਣ ਤੋਂ ਬਾਅਦ ਉਹਨਾਂ ਦੀ ਧੀ ਆਪਣੇ ਕੁਝ ਦੋਸਤਾਂ ਦੇ ਨਾਲ ਵਾਪਸ ਆ ਰਹੀ ਸੀ ਕਿ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਰਸ਼ਮਦੀਪ ਕੌਰ ਸੀ, ਉਹਦੇ ਭਵਿੱਖ ਲਈ ਭੇਜਿਆ ਸੀ ਜੀ ਬਾਹਰ। ਕਿੰਨੇ ਸਾਲ ਹੋ ਗਏ ਕੈਨੇਡਾ ਗਏ? 3 ਸਾਲ 10 ਮਹੀਨੇ ਹੋ ਗਏ। ਤੇ ਕਿੱਥੇ ਕੀ ਸੋਚਣਾ ਮਿਲੀ ਤੁਹਾਨੂੰ ਕੱਲ? ਉਹਨਾਂ ਉੱਭਰ ਕਰਕੇ PR ਦੀ ਫਾਈਲ ਲਾ ਕੇ ਉੱਭਰ ਕਰਕੇ ਆਉਣ ਦੇ ਸੀ, ਰਸਤੇ 'ਚ ਐਕਸੀਡੈਂਟ ਹੋ ਗਿਆ, ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ, ਪਤਾ ਨਹੀਂ ਕੀ ਹੋਇਆ। ਕਹਿੰਦੇ ਤੇ ਉਹਦੇ ਵਿੱਚ ਬੱਚੇ, ਤਿੰਨ ਬੱਚੇ ਸੀ, ਤਿੰਨਾਂ ਦੀ ਡੈਥ ਹੋ ਗਈ। ਦੋ ਕਿੱਥੇ ਦੇ ਆ? ਦੋ ਮਲੋਹ ਦੇ ਲੱਗੇ ਦੇ, ਮਲੋਹ ਦੇ ਕਿਸੇ ਪਿੰਡ ਦੇ। ਹਾਂਜੀ, ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ? ਜਲਦੀ ਬੋਡੀ ਆ ਜਾਏ ਇੱਥੇ। ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ, ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾਏ ਸੈਂਟਰ ਸਰਕਾਰ। ਮਾਸਟਰ ਜੀ ਨੇ ਕਿਸ ਤਰ੍ਹਾਂ, ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ, ਜਿਸ ਤਰ੍ਹਾਂ ਫੈਮਿਲੀ? ਬਸ ਆਪਣੇ ਭਵਿੱਖ ਲਈ, ਬੱਚਿਆਂ ਦੇ ਭਵਿੱਖ ਲਈ ਭੇਜੀ ਦਾ ਜੀ ਅੱਗੇ। ਹਾਂ ਵੀ ਉਹਨਾਂ ਦਾ ਭਵਿੱਖ ਬਣੇਗਾ ਸਾਨੂੰ ਵਧੀਆ। ਉਹ ਪਰਮਾਤਮਾ ਨੇ ਬੱਚੀ ਨੂੰ ਭਵਿੱਖ ਬਣਾਉਣਾ ਹੀ ਦਿੱਤਾ ਜੀ ਅੱਧ ਜੀ। ਕੈਨੇਡਾ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਦੋ ਪੰਜਾਬੀ ਨੌਜਵਾਨ ਕੁੜੀਆਂ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਦੱਸਿਆ ਜਾ ਰਿਹਾ ਹੈ। ਮ੍ਰਿਤਕ ਕੁੜੀ ਦੇ ਮਾਪਿਆਂ ਨੇ ਦੱਸਿਆ ਹੈ ਕਿ PR ਦੀ ਫਾਈਲ ਆਉਣ ਤੋਂ ਬਾਅਦ ਉਹਨਾਂ ਦੀ ਧੀ ਆਪਣੇ ਕੁਝ ਦੋਸਤਾਂ ਦੇ ਨਾਲ ਵਾਪਸ ਆ ਰਹੀ ਸੀ ਕਿ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਰਸ਼ਮਦੀਪ ਕੌਰ ਸੀ, ਉਹਦੇ ਭਵਿੱਖ ਲਈ ਭੇਜਿਆ ਸੀ ਜੀ ਬਾਹਰ। ਕਿੰਨੇ ਸਾਲ ਹੋਏ ਕੈਨੇਡਾ ਗਏ? 3 ਸਾਲ 10 ਮਹੀਨੇ ਹੋ ਗਏ ਜੀ। ਤੇ ਕਿੱਥੇ ਕੀ ਸੋਚਣਾ ਮਿਲੀ ਤੁਹਾਨੂੰ ਕੱਲ? ਉਹਨਾਂ ਉੱਭਰ ਕਰਕੇ PR ਦੀ ਫਾਈਲ ਲਾ ਕੇ ਉੱਭਰ ਕਰਕੇ ਆਉਣ ਦੇ ਸੀ, ਰਸਤੇ 'ਚ ਐਕਸੀਡੈਂਟ ਹੋ ਗਿਆ, ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ, ਪਤਾ ਨਹੀਂ ਕੀ ਹੋਇਆ। ਕਹਿੰਦੇ ਤੇ ਉਹਦੇ ਵਿੱਚ ਬੱਚੇ, ਤਿੰਨ ਬੱਚੇ ਸੀ, ਤਿੰਨਾਂ ਦੀ ਡੈਥ ਹੋ ਗਈ। ਦੋ ਕਿੱਥੇ ਦੇ ਆ? ਦੋ ਮਲੋਹ ਦੇ ਲੱਗੇ ਦੇ, ਮਲੋਹ ਦੇ ਕਿਸੇ ਪਿੰਡ ਦੇ। ਹਾਂਜੀ, ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ? ਜਲਦੀ ਬੋਡੀ ਆ ਜਾਏ ਇੱਥੇ। ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ, ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾਏ ਸੈਂਟਰ ਸਰਕਾਰ। ਮਾਸਟਰ ਜੀ ਨੇ ਕਿਸ ਤਰ੍ਹਾਂ, ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ, ਜਿਸ ਤਰ੍ਹਾਂ ਫੈਮਿਲੀ? ਬਸ ਆਪਣੇ ਭਵਿੱਖ ਲਈ, ਬੱਚਿਆਂ ਦੇ ਭਵਿੱਖ ਲਈ ਭੇਜੀ ਦਾ ਜੀ ਅੱਗੇ। ਹਾਂ ਵੀ ਉਹਨਾਂ ਦਾ ਭਵਿੱਖ ਬਣੇਗਾ ਸਾਨੂੰ ਵਧੀਆ। ਉਹ ਪਰਮਾਤਮਾ ਨੇ ਬੱਚੀ ਨੂੰ ਭਵਿੱਖ ਬਣਾਉਣਾ ਹੀ ਦਿੱਤਾ ਜੀ ਅੱਧ ਜੀ।